ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਾਡੇ ਨਾਲ ਨੇ ਜਗਪ੍ਰੀਤ ਤੇ ਅੱਜ ਖਾਸ ਵੀਡੀਓ ਬਣਾਉਣ ਦਾ ਮੋਟਿਵ ਇਹ ਹੈ ਜਗਪ੍ਰੀਤ ਦੀ ਫੈਮਿਲੀ ਦਾ ਵੀਜ਼ਾ ਹੈ ਜਿਹਦੇ ਚ ਉਹਨਾਂ ਦੇ ਮਦਰ ਫਾਦਰ ਤੇ ਬ੍ਰਦਰ ਦਾ ਵੀਜ਼ਾ ਹੈ ਬਾਕੀ ਥੋੜਾ ਜਿਹਾ ਜਗਪ੍ਰੀਤ ਤੋਂ ਜਾਣਾਂਗੇ ਇਸ ਪ੍ਰੋਫਾਈਲ ਦੇ ਵਿੱਚ ਜਾਂ ਇਸ ਵੀਜ਼ਾ ਦੇ ਵਿੱਚ ਕੀ ਸਪੈਸ਼ਲ ਸੀਗਾ ਤਿੰਨ ਵੀਜ਼ਾਸ ਨੇ ਜਿਹੜੇ ਸਾਡੇ ਕੋਲ ਨੇ ਤੇ ਜਗਪ੍ਰੀਤ ਦੱਸੇਗਾ ਇਹਨਾਂ ਦੀ ਐਪਲੀਕੇਸ਼ਨ ਚ ਕੀ ਸਪੈਸ਼ਲ ਸੀਗਾ ਕਿ ਕਿਉਂ ਇਹ ਹੋਮ ਗਲੋਬਲ ਨੂੰ ਰਿਕਮੈਂਡ ਕਰਦੇ ਆ ਹਾਂਜੀ ਜਗਪ੍ਰੀਤ ਭਾਜੀ ਮੈਂ ਨਾ ਜਿਵੇਂ ਅਜੇ ਕੱਲ ਹੀ ਫਾਈਲ ਲਵਾਈ ਸੀਗੀ 6 ਵਜੇ ਤੇ 9 ਵਜੇ ਤੈਨੂੰ ਮੈਨੂੰ ਕਾਲ ਵੀ ਹੈਗੀ ਆ ਤੇ ਫਸਟ ਟਾਈਮ ਆਪਾਂ ਫਾਈਲ ਲਵਾਈ ਸੀ ਤੇ ਜਿਹੜਾ ਕਿ ਮੇਰੇ ਬ੍ਰਦਰ ਦੀ ਅਜੇ ਯੰਗਰ ਆ ਲਾਈਕ ਜਸਟ 22 ਏਜ ਆ ਹਾਂਜੀ ਤੇ ਉੱਥੇ ਸਟੱਡੀ ਅਜੇ ਐਜ਼ ਆ ਬੈਚਲਰ ਕਰ ਰਿਹਾ ਉੱਥੇ ਹਾਂਜੀ ਤੇ ਜਗਪ੍ਰੀਤ ਤੁਹਾਡਾ ਇੱਥੇ ਸਟੇਟਸ ਕੀ ਹੈਗਾ ਮੇਰਾ ਐਜ਼ ਅ ਬ੍ਰਿਜਿੰਗ ਵੀਜ਼ਾ ਤੇ ਬ੍ਰਿਜਿੰਗ ਵੀਜ਼ਾ ਤੇ 485 ਹਾਂਜੀ ਦੇਖੋ ਜਗਪ੍ਰੀਤ ਨੇ ਤੇ 485 ਵੀਜ਼ਾ ਪਾਇਆ ਇਸ ਵੇਲੇ ਬ੍ਰਿਜਿੰਗ ਵੀਜ਼ਾ ਤੇ ਹੈ ਇਹਨਾਂ ਦੀ ਫੈਮਿਲੀ ਦਾ ਇਨਕਲੂਡਿੰਗ ਇਹਨਾਂ ਦੇ ਬ੍ਰਦਰ ਜਿਹੜੇ ਇੱਕ ਕਾਲਜ ਦੇ ਵਿੱਚ ਬੈਚਲਰਸ ਕਰ ਰਹੇ ਆ ਇੰਡੀਆ ਦੇ ਵਿੱਚ ਇਹਨਾਂ ਦਾ ਵੀਜ਼ਾ ਆਪਾਂ ਕੱਲ ਸ਼ਾਮੀ 6 ਵਜੇ ਅਪਲਾਈ ਕੀਤਾ ਸੀ ਤੇ ਕਿੰਨੇ ਵਜੇ ਤੁਹਾਨੂੰ ਕਾਲ ਆਈ 9 ਵਜੇ ਇਹਨਾਂ ਨੂੰ ਕਾਲ ਆ ਗਈ ਸੀ ਕਿ ਇਹਨਾਂ ਦੀ ਫੈਮਿਲੀ ਦਾ ਵੀਜ਼ਾ ਗ੍ਰਾਂਟ ਹੋ ਗਿਆ ਹੈ ਤੁਸੀਂ ਵੀ ਵਿਜ਼ਿਟਰ ਵੀਜ਼ਾ ਲਵਾਉਣਾ ਚਾਹੁੰਦੇ ਹੋ ਆਪਣੀ ਫੈਮਿਲੀ ਦਾ ਆਪਣੇ ਸਿਬਲਿੰਗ ਦਾ ਜਾਂ ਕਿਸੇ ਵੀ ਆਪਣੇ ਨੋਨ ਦਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਜੀ